ਕੁਐਸਚਨ ਜਿਹੜਾ ਦਿੱਤਾ ਹੋਇਆ ਸੀ ਉਹਦੇ ਵਿੱਚ ਕੰਟੈਂਟ ਵਰਡ ਦਾ ਹੈਗਾ ਜੀ ਇੱਕ ਕੰਟੈਂਟ ਵਰਡਸ ਨੂੰ ਦੂਸਰਾ ਨਾਮ ਜੋ ਹੈਗਾ ਉਹਨੂੰ ਲੈਕਸੀਕਲ ਵਰਡਸ ਬੋਲਦੇ ਆ। ਠੀਕ ਹੈ, ਇਹ ਕੁਐਸਚਨ ਆਏ ਪਿਆ ਸੀਗਾ ਐਗਜ਼ਾਮ ਚ ਵੀ ਕੰਟੈਂਟ ਵਰਡ ਦੱਸੋ ਕੀ ਹੁੰਦੇ ਆ, ਤਾਂ ਤੁਸੀਂ ਆਨਸਰ ਦਿਓਗੇ ਲੈਕਸੀਕਲ ਵਰਡਸ। ਜੇ ਲੈਕਸੀਕਲ ਵਰਡਸ ਪੁੱਛੇ ਜਾਣਗੇ ਫਿਰ ਤੁਸੀਂ ਦਿਓਗੇ ਕੰਟੈਂਟ ਵਰਡ। ਕਈ ਵਾਰੀ ਕੀ ਹੈ ਡੈਫੀਨੇਸ਼ਨ ਪੁੱਛ ਲੈਂਦੇ ਉਹਦੀ, ਤਾਂ ਲੈਕਸੀਕਲ ਵਰਡ ਉਹ ਹੁੰਦੇ ਆ ਜਿਹੜੇ ਮੀਨਸ ਆਪਣੇ ਆਪ ਦੇ ਵਿੱਚ ਜਿਹੜੇ ਇੱਕ ਵੋਕੈਬਲਰੀ ਹੁੰਦੀ ਹੈ। ਠੀਕ ਹੈ, ਉਹਦੇ ਵਿੱਚ ਇੱਕ ਪ੍ਰੀਫਿਕਸ ਤੇ ਸੂਫਿਕਸ ਪ੍ਰੀਫਿਕਸ ਵੀ ਨਹੀਂ ਲੱਗਿਆ ਹੁੰਦਾ, ਸੂਫਿਕਸ ਵੀ ਨਹੀਂ ਲੱਗਿਆ ਹੁੰਦਾ। ਇਸ ਤੋਂ ਬਿਨਾਂ ਇਹ ਲੈਕਸੀਕਲ ਰੂਟ ਵਰਡ ਹੁੰਦੇ ਆ ਜੀ, ਰੂਟ ਵਰਡ ਮਤਲਬ ਜਿਨ੍ਹਾਂ ਦੇ ਆਪਣੇ ਹੀ ਇੱਕ ਮੀਨਿੰਗ ਹੁੰਦਾ। ਠੀਕ ਹੈ, ਉਹਨੂੰ ਲੈਕਸੀਕਲ ਵਰਡ ਦਾ ਨਾਮ ਦਿੱਤਾ ਜਾਂਦਾ। ਤੇ ਪ੍ਰੀਫਿਕਸ ਮੀਨਸ ਹੁੰਦਾ ਅਗੇਤਰ, ਵੀ ਅਜਿਹੇ ਸ਼ਬਦ ਜਿਹੜੇ ਅਗੇਤਰ ਅਤੇ ਪਿਛੇਤਰ ਤੋਂ ਪਿੱਛੇ ਬਿਨਾਂ ਬਣ, ਉਹਨਾਂ ਨੂੰ ਲੈਕਸੀਕਲ ਵਰਡ ਦਾ ਨਾਮ ਦਿੱਤਾ ਜਾਂਦਾ। ਠੀਕ ਹੈ, ਐਗਜ਼ਾਮਪਲ ਈਜ਼ੀ ਚੱਕ ਲਓ, ਇੱਕ ਜਿਵੇਂ ਯੂਜ਼ ਵਰਡ ਆ ਇਹਦੇ ਪਿੱਛੇ ਏ ਐਲ ਲਿਖ ਦਿਓ, ਉਸ ਤੋਂ ਬਾਅਦ ਜਿਹੜਾ ਯੂਜ਼ ਆ ਇਹਦੇ ਅੱਗੇ ਯੂ ਐਨ ਪਾ ਦਿਓ ਅਨ, ਤੇ ਇਹ ਅਨਯੂਜ਼ਲ ਹੋ ਜਾਏਗਾ। ਜਿਹੜਾ ਅਨਯੂਜ਼ਲ ਬਣੇਗਾ, ਤੁਸੀਂ ਦੇਖੋ ਜੇ ਅਸੀਂ ਇਹਦੇ ਵਿੱਚੋਂ ਅਨ ਕੱਟ ਦਈਏ ਤੇ ਏ ਐਲ ਕੱਟ ਦਈਏ ਤੇ ਇਕੱਲਾ ਯੂਜ਼ ਵਰਡ ਰਹਿ ਗਿਆ। ਯੂਜ਼ ਦਾ ਆਪਣੇ ਆਪ ਦੇ ਵਿੱਚ ਇੱਕ ਮੀਨਿੰਗ ਹੈ, ਇਹ ਉਹ ਵਰਡ ਹੈ ਜਿਨ੍ਹਾਂ ਦਾ ਆਪਣਾ ਆਪਾ ਇੱਕ ਮੀਨਿੰਗ ਹੁੰਦਾ। ਠੀਕ ਹੈ ਜੀ, ਜਿਨ੍ਹਾਂ ਦਾ ਆਪਣਾ ਇੱਕ ਮੀਨਿੰਗ ਹੁੰਦਾ ਜੀ, ਉਹਨੂੰ ਅਸੀਂ ਕੀ ਬੋਲਾਂਗੇ, ਲੈਕਸੀਕਲ ਵਰਡ ਦਾ ਨਾਮ ਦਿੱਤਾ ਜਾਊਗਾ। ਇੱਕ ਤਾਂ ਇਸ ਤਰ੍ਹਾਂ ਦੇ ਕੁਐਸਚਨ ਜਿਹੜੇ ਮੈਂ ਤੁਹਾਨੂੰ ਸੈੱਟ ਦਿੱਤਾ ਉਹਦੇ ਵਿੱਚ ਕਰ ਲਿਓ। ਠੀਕ ਹੈ, ਇੱਕ ਉਸ ਤੋਂ ਬਾਅਦ ਤੁਹਾਨੂੰ ਹੋਰ ਦੱਸਦੇ ਹਾਂ। ਇੱਕ ਆਏਗਾ ਜੀ ਕੁਐਸਚਨ, ਉਹਦੇ ਵਿੱਚ ਫੰਕਸ਼ਨ ਵਰਡਸ ਕਿਹੜੇ ਹੁੰਦੇ ਆ, ਫੰਕਸ਼ਨਸ। ਫੰਕਸ਼ਨ ਵਰਡਸ ਕੀ ਹੁੰਦੇ ਆ, ਫੰਕਸ਼ਨ ਵਰਡਸ ਆਰ ਦਾ ਦੈਟ ਵਰਡਸ ਵਿਚ ਸ਼ੋ ਦਾ ਰਿਲੇਸ਼ਨਸ਼ਿਪ ਬਿਟਵੀਨ ਅਦਰ ਵਰਡਸ, ਜਿਹੜੇ ਦੂਸਰੇ ਸ਼ਬਦਾਂ ਦੇ ਵਿੱਚ ਰਿਲੇਸ਼ਨਸ਼ਿਪ ਸ਼ੋ ਕਰਦੇ ਆ ਜੀ ਸਾਨੂੰ। ਠੀਕ ਹੈ, ਉਹਨੂੰ ਅਸੀਂ ਫੰਕਸ਼ਨ ਵਰਡ ਦਾ ਨਾਮ ਦਿੱਤੇ ਜਾਂਦੇ ਹਾਂ। ਦੱਸਦਾ ਜੀ ਤੁਹਾਨੂੰ ਜਿਹੜਾ ਕੁਐਸਚਨ ਹੈ ਤੁਹਾਡਾ। ਠੀਕ ਹੈ, ਰਿਲੇਸ਼ਨਸ਼ਿਪ ਕਿਵੇਂ, ਜਿਵੇਂ ਜਿਹੜੇ ਫੰਕਸ਼ਨ ਵਰਡ ਆ ਜਿੰਨੇ ਵੀ ਪ੍ਰੈਪੋਜੀਸ਼ਨ ਨਾਊਨ ਪ੍ਰੋਨਾਊਨ, ਠੀਕ ਹੈ, ਮੋਡੈਲਸ ਆਰਟੀਕਲਸ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੁੰਦੀਆਂ ਫੰਕਸ਼ਨ ਵਰਡ ਹੁੰਦੇ ਆ ਜੀ, ਕਿਉਂਕਿ ਜਿਹੜੀਆਂ ਇਹਨਾਂ ਦੇ ਵਰਡਸ ਅਸੀਂ ਲੈਟਰ ਵਰਡ ਯੂਜ ਕਰਦੇ ਹਾਂ ਉਹ ਬਾਕੀ ਵਰਡਸ ਦੇ ਵਿੱਚ ਇੱਕ ਰਿਲੇਸ਼ਨ ਦਿਖਾਉਂਦੇ ਆ ਜੀ। ਠੀਕ ਹੈ, ਤਾਂ ਉਹਨਾਂ ਨੂੰ ਫੰਕਸ਼ਨ ਵਰਡ ਕਹਿੰਦੇ ਆ, ਵੀ ਜਿਹੜੇ ਸ਼ਬਦ ਜਿਹੜੇ ਵਰਡ ਦੂਸਰੇ ਸ਼ਬਦਾਂ ਨੂੰ ਜੋੜਨ ਦਾ ਕੰਮ ਕਰਦੇ ਆ ਨਾ, ਇੱਕ ਰਿਲੇਸ਼ਨ ਦਿਖਾਉਂਦੇ ਆ, ਉਹਨਾਂ ਨੂੰ ਫੰਕਸ਼ਨ ਵਰਡ ਦਾ ਨਾਮ ਦਿੱਤਾ ਜਾਂਦਾ। ਪ੍ਰੈਪੋਜੀਸ਼ਨ ਜੋੜਦੀ ਹੈ, ਨਾਊਨ ਜੋੜਦੇ ਆ, ਪ੍ਰੋਨਾਊਨ ਜੋੜਦੇ ਆ, ਮੈਡਸ ਆ, ਆਰਟੀਕਲਸ ਆ, ਇਹ ਸਾਰੇ ਐਡਵਰਬ ਆ, ਅਡਜੈਕਟਿਵ ਆ, ਕੋਈ ਵੀ ਹੈ ਜਿਹਦੇ ਨਾਲ ਇਹ ਚੀਜ਼ਾਂ ਜੁੜਦੀਆਂ, ਜਿਹਦੇ ਨਾਲ ਬਾਕੀ ਆ ਵਰਡ ਆ ਜਿਹੜੇ ਜੁੜ ਜਾਂਦੇ ਆ। ਠੀਕ ਹੈ, ਇੱਕ ਸੰਬੰਧ ਬਣਾ ਦਿੰਦੇ ਆ, ਉਹਨਾਂ ਨੂੰ ਫੰਕਸ਼ਨ ਵਰਡ ਦਾ ਨਾਮ ਦਿੱਤਾ ਜਾਂਦਾ ਜੀ। ਓਕੇ, ਇੱਕ ਤਾਂ ਇਹਦੇ ਨਾਲ ਦੇ ਕੁਐਸਚਨਸ ਹੈ, ਇੱਕ ਉਹਦੇ ਵਿੱਚ ਐਨਸੀਐਫ ਦਾ ਕੁਐਸਚਨ ਹੋਊਗਾ ਤੁਹਾਡੇ, ਜਾਂ ਗ੍ਰੈਮਰ ਦਾ ਕੁਐਸਚਨ ਹੈਗਾ ਜਿਹੜਾ ਵਿੱਚੋਂ ਦੇ। ਗ੍ਰੈਮਰ ਦੇ ਅਕੋਰਡਿੰਗ, ਗ੍ਰੈਮਰ ਇਜ਼ ਦਾ ਸੈੱਟ ਆਫ ਰੂਲਸ, ਇੱਕ ਹੀ ਆਨਸਰ ਬਣਦਾ ਜੀ ਇਹਦਾ। ਠੀਕ ਹੈ, ਇੱਕ ਸੈੱਟ ਆਫ ਰੂਲਸ ਹੈ, ਉਸ ਤੋਂ ਬਾਅਦ ਕੀ ਹੈ ਜੀ, ਦੈਟ ਇਜ਼ ਦਾ ਬੈਕਬੋਨ ਆਫ ਐਨੀ ਲੈਂਗੁਏਜ, ਕਿਸੇ ਵੀ ਭਾਸ਼ਾ ਦੀ ਰੀੜ ਦੀ ਹੱਡੀ ਹੈ। ਬੈਕਬੋਨ ਕਿਹਨੂੰ ਕਿਹਾ ਜਾਂਦਾ, ਗ੍ਰੈਮਰ ਨੂੰ ਕਿਹਾ ਜਾਂਦਾ। ਓਕੇ, ਦੈਨ ਉਸ ਤੋਂ ਬਾਅਦ ਇੱਕ ਕੁਐਸਚਨ ਇਸ ਤਰੀਕੇ ਨਾਲ ਪੁੱਛਿਆ ਜਾ ਸਕਦਾ ਹੈ ਗ੍ਰੈਮਰ ਦਾ, ਐਟ ਦਾ ਪ੍ਰਾਇਮਰੀ ਲੈਵਲਸ ਵਿੱਚ ਟਾਈਪ ਆਫ ਗ੍ਰੈਮਰ ਇਜ਼ ਸੂਟੇਬਲ। ਪ੍ਰਾਇਮਰੀ ਲੈਵਲ ਦੀ ਗੱਲ ਆ ਜੀ, ਪ੍ਰਾਇਮਰੀ ਲੈਵਲ ਦੇ ਗ੍ਰੈਮਰ ਕਿਸ ਤਰੀਕੇ ਦੀ ਹੋਣੀ ਚਾਹੀਦੀ ਹੈ, ਤਾਂ ਪ੍ਰਾਇਮਰੀ ਲੈਵਲ ਦੇ ਉੱਪਰ ਜਿਹੜੀ ਗ੍ਰੈਮਰ ਹੈ ਉਹ ਇੰਡਕਟਿਵ ਮੈਥਡ ਹੋਵੇ ਜੀ, ਉਹ ਇੰਡਕਟਿਵ ਮੈਥਡ ਵਾਲੀ ਗ੍ਰੈਮਰ ਹੋਵੇ ਜੀ ਐਟ ਪ੍ਰਾਇਮਰੀ ਲੈਵਲ। ਜੇ ਤੁਹਾਨੂੰ ਬੈਸਟ ਗ੍ਰੈਮਰ ਮੈਥਡ ਪੁੱਛਿਆ ਹੈ ਵਿੱਚ ਦਾ ਬੈਸਟ ਮੈਥਡ ਫਾਰ ਗ੍ਰੈਮਰ ਟੀਚਿੰਗ, ਉਹ ਫਿਰ ਤੁਸੀਂ ਇੰਡਕਟਿਵ ਤੇ ਡਿਡਕਟਿਵ ਇਹ ਦੋਨੋਂ ਦੱਸ ਸਕਦੇ, ਇਹ ਦੋਨੇ ਪੁੱਛੇ ਜਾ ਸਕਦੇ ਜਦੋਂ ਬੈਸਟ ਮੈਥਡ ਪੁੱਛਿਆ ਜਾਵੇ। ਓਕੇ, ਜੇ ਤੁਹਾਨੂੰ ਓਲਡੈਸਟ ਜਾਂ ਟ੍ਰੈਡੀਸ਼ਨਲ ਸਭ ਤੋਂ ਪੁਰਾਣਾ ਪੁੱਛਿਆ ਫਿਰ ਟ੍ਰੈਡੀਸ਼ਨਲ ਆਏਗਾ,
ट्रेडिशन ग्रामर क्या जाता जी इस चीज का, ठीक है। ये सारे क्वेश्चन ग्रामर ना रिलेटेड है, जहां एक क्वेश्चन ये भी पिया सीगा जहां फाइव टाइप्स कुछ किनिया टाइप्स है, फाइव टाइप्स है। एक ग्रामर का क्वेश्चन ये सीगा डिस्क्रिप्टिव ग्रामर, डिस्क्रिप्टिव ग्रामर है जी, उसका दूसरा नाम की है, उन फंक्शनल ग्रामर कहते हैं जी, फंक्शनल ग्रामर, ठीक है। क्वेश्चन ग्रामर के ऊपर इस तरीके बन जाते हैं, जहां मान लो प्रायमरी लैवल उपर ग्रामर का क्वेश्चन नहीं आता तो इंडक्टिव नहीं आता तो पैडागोजिक ग्रामर पूछी जा सकती है प्रायमरी लैवल के ऊपर, पैडागोजिक, पैडागोजिक ग्रामर, ओके। बाकी ये नाल दीयां चीजां तुहाडे सेट दे विच भी लगी हुई हैं, तुसीं एक्स्ट्रा तो उत्थों भी स्टडी कर सकते हो। ये थोड़ी जी जिहड़े मैनूं लगदा सीगा मेन ना लगदा सीगा प्राइमरी ग्रामर, प्राइमरी लैवल ते मतलब जिहड़े बिल्कुल बेसिक लैवल है, जिथों मान लो पुछया जावे ना भी प्राइमरी लैवल दे उपर बच्चियां नूं किस तरह की ग्रामर पढ़ाई जानी चाहिए है, तां तुहाडा क्वेश्चन होएगा आंसर होएगा इंडक्टिव मैथड। इंडक्टिव दा तुहानूं इह पता है कि जिहदे विच तुसीं एग्जाम्पल्स पहलां कराओगे बच्चियां नूं, फिर रूल्स दे नाल बाद च जोड़ोगे, तां इहदा मतलब उदाहरण पहलां समझाओगे बाद दे विच रूल कराओगे तां फिर उह इह वाली चीज बणूगी, ठीक है। इस चीज नूं कहा जांदा है, ओके। आप रिपीट कर देने एक बारी, ग्रामर इज द ट्रेडिशन ग्रामर, सब तो ओल्डेस्ट मैथड पूछा जाए ट्रेडिशन ग्रामर, या ग्रामर का होर की नाम है, ग्रामर इज आल्सो नोन एज सेट ऑफ रूल्स, ओके। देन ग्रामर इज आल्सो नोन एज द बैकबोन ऑफ एनी लैंग्वेज, किसी भी भाषा की रीढ़ की हड्डी कहा जाता है, ओके। फिर एट द प्राइमरी लैवल विच टाइप ऑफ ग्रामर शुड बी टॉट, प्राइमरी लैवल से किस तरह की ग्रामर पढ़ाई जानी चाहिए है, या विच मैथड इज सूटेबल फॉर द बेस्ट मैथड फॉर टीचिंग ग्रामर पूछा जाता है, इंडक्टिव एंड डिडक्टिव मैथड होगा जी, क्योंकि दोनों तरीके ग्रामर का बेस्ट मैथड है जी, ओके। हाँ जी, वो भी करते हैं जरूर, आ कंसेप्ट पता लग गया। इस तरह के क्वेश्चन कई बार बन जाते हैं, बाकी तुसी की करो जो थोड़ा सैट मिले हुआ ना सैट खोल के देखो जो मेन चीजा है गी हैं, ते वो मैं थोड़ा मार्क करवा दूंगा, बस उ स्टडी कर लो जो मैं उतो क्लीयर कर लियो पूछ के, ओके। अगे जो क्वेश्चन होर ये पिया से, एक होंगी है जी बॉटम अप अप्रोच एंड टॉप डाउन अप्रोच, ये दो चीजा होंगे, ये क्वेश्चन की होंगे सुनो। नैक्सट जो स्टैप है इंग्लिश पैडागोजी दे विच कई बार इदां दा क्वेश्चन आ जांदे, बॉटम अप अप्रोच। बॉटम अप अप्रोच की होंदा, बॉटम की होंदा देखो, हेठां अप मीनस उपर लैके जाना, ठीक है। ਇਹਦੇ ਵਿੱਚ ਕੀ ਹੈ ਵੀ ਉਹ ਚੀਜ਼ ਜਿਹਦੇ ਤੋਂ ਤੁਸੀਂ ਹੇਠਲੇ ਲੈਵਲ ਤੋਂ ਉੱਪਰਲੇ ਲੈਵਲ ਤੱਕ ਜਾਓਗੇ ਉਹਨੂੰ ਬਾਟਮ ਅਪ ਅਪਰੋਚ ਦਾ ਨਾਮ ਦਿੱਤਾ ਜਾਂਦਾ। ਜਿਵੇਂ ਦੇਖੋ ਬੱਚੇ ਨੂੰ ਸਭ ਤੋਂ ਪਹਿਲਾਂ ਲੈਟਰਸ ਇਹਨਾਂ ਨਾਲ ਜੋੜਿਆ ਜਾਂਦਾ, ਲੈਟਰ ਸਿਖਾਏ ਜਾਂਦੇ ਆ, ਠੀਕ ਆ, ਅੱਖਰ ਸਿਖਾਏ ਜਾਂਦੇ ਆ। ਲੈਟਰਸ ਤੋਂ ਬਾਅਦ ਬੱਚੇ ਨੂੰ ਜਿਹੜੀ ਚੀਜ਼ ਜੋੜੀ ਜਾਂਦੀ ਉਹ ਵਰਡਸ ਹੁੰਦੇ ਆ ਜੀ, ਮਤਲਬ ਬੱਚਾ ਸ਼ਬਦ ਬਣਾਉਣੇ ਸਿੱਖ ਜਾਂਦਾ, ਇੱਕ ਜਾਂ ਦੋ ਸ਼ਬਦ ਇਕੱਠੇ ਕਰਨੇ, ਠੀਕ ਹੈ, ਅੱਖਰਾਂ ਨੂੰ ਜੋੜ ਕੇ। ਜਦੋਂ ਫਸਟ ਸਟੈਪ ਉਹਦਾ ਲੈਟਰ ਕੰਪਲੀਟ ਹੁੰਦਾ, ਸੈਕੰਡ ਕੀ ਹੁੰਦਾ ਵਰਡ, ਫਿਰ ਉਸ ਤੋਂ ਬਾਅਦ ਅਸੀਂ ਕੀ ਸਿਖਾਵਾਂਗੇ ਉਹਨੂੰ ਫਰੇਜ਼। ਹੁਣ ਫਰੇਜ਼ ਕੀ ਹੁੰਦਾ, ਜਿਵੇਂ ਇੱਕ ਵਰਡ ਹੈ, ਇੱਕ ਤੋਂ ਬਾਅਦ ਦੋ ਤਿੰਨ ਵਰਡ ਬੱਚਾ ਜਦੋਂ ਇਕੱਠੇ ਕਰਨੇ ਸਿੱਖ ਜਾਂਦਾ, ਠੀਕ ਹੈ, ਉਹ ਫਰੇਜ਼ ਹੁੰਦਾ ਜੀ, ਠੀਕ ਹੈ। ਦੇਖੋ ਇੱਥੇ ਲੈਟਰ ਹੋ ਗਏ ਸਿੰਗਲ ਸਿੰਗਲ, ਲੈਟਰ ਨੂੰ ਇਕੱਠਾ ਕੀਤਾ ਤਾਂ ਕੀ ਬਣੇਗਾ ਜੀ, ਵਰਡ ਬਣ ਗਏ। ਵਰਡ ਤੋਂ ਬਾਅਦ ਜਦੋਂ ਦੋ ਤਿੰਨ ਵਰਡ ਬਣ ਗਏ ਉਹਨੂੰ ਫਰੇਜ਼ ਦਾ ਨਾਮ ਦਿੱਤਾ ਜਾਏਗਾ, ਤੇ ਉਸ ਤੋਂ ਬਾਅਦ ਜਦੋਂ ਫਰੇਜ਼ ਦੇ ਵਿੱਚ ਪੰਜ ਛੇ ਵਰਡ ਇਕੱਠੇ ਹੋ ਜਾਣਗੇ ਤਾਂ ਉਹਨੂੰ ਸੈਂਟੈਂਸ ਕਿਹਾ ਜਾਊਗਾ, ਠੀਕ ਹੈ, ਉਸ ਚੀਜ਼ ਨੂੰ ਸੈਂਟੈਂਸ ਕਿਹਾ ਜਾਂਦਾ। ਦੇਖੋ ਹੇਠਲੇ ਲੈਵਲ ਤੋਂ ਅਸੀਂ ਉੱਪਰਲੇ ਲੈਵਲ ਵੱਲ ਜਾ ਰਹੇ ਹਾਂ ਤਾਂ ਉਹਨੂੰ ਕਿਹਾ ਜਾਂਦਾ ਬਾਟਮ ਅਪ ਅਪਰੋਚ। ਕੁਐਸਚਨ ਆ ਜਾਏ ਡਿਫਾਈਨ ਬਾਟਮ ਅਪ ਅਪਰੋਚ, ਤਾਂ ਤੁਹਾਨੂੰ ਇਹ ਪਤਾ ਹੋਊਗਾ ਫਰੋਮ ਦਾ ਲੋਐਸਟ ਲੈਵਲ ਟੂ ਦਾ ਹਾਇਰ ਲੈਵਲ, ਵੀ ਹੇਠਲੇ ਲੈਵਲ ਤੋਂ ਉੱਪਰਲੇ ਲੈਵਲ ਵੱਲ ਜਾਣਾ, ਠੀਕ ਹੈ। ਇਹਦੇ ਬਾਅਦ ਸੈਂਟੈਂਸ ਹੈ, ਸੈਂਟੈਂਸ ਤੋਂ ਬਾਅਦ ਪੈਰਾਗ੍ਰਾਫ ਆ ਸਕਦਾ ਜੀ, ਕਿਉਂਕਿ ਇਸ ਤੋਂ ਬਾਅਦ ਤਾਂ ਪੈਰਾਗ੍ਰਾਫ ਹੀ ਬਣੇਗਾ, ਪੈਰਾਗ੍ਰਾਫ ਤੋਂ ਬਾਅਦ ਕੋਈ ਸਟੋਰੀ ਬਣ ਸਕਦੀ ਹੈ ਤਾਂ ਸਟੋਰੀ ਬਣ ਜਾਊਗੀ। ਆਹ ਇੱਕ ਸਟੈਪ ਹੈ, ਵੈਸੇ ਇੱਥੋਂ ਤੱਕ ਪੁੱਛ ਕੇ ਵੀ ਤਿੰਨ ਕੀ ਪੁੱਛ ਲੈਂਦੇ, ਚਾਰ ਪੁੱਛ ਲੈਂਦੇ ਹੁੰਦੇ ਵੱਧ ਤੋਂ ਵੱਧ,
ਠੀਕ ਹੈ। ਇਹ ਤੁਹਾਡੇ ਕੋਲੇ ਜਿਹੜੀ ਚੀਜ਼ ਆ ਇਹ ਹੈਗੀ ਜੀ ਬਾਟਮ ਅਪ ਅਪਰੋਚ। ਜੇ ਤੁਸੀਂ ਇਸ ਚੀਜ਼ ਨੂੰ ਚੇਂਜ ਕਰ ਦੋਗੇ, ਇਧਰੋਂ ਇਧਰ ਨੂੰ ਲਗਾਉਣਾ ਸ਼ੁਰੂ ਕਰ ਦੋਗੇ ਤਾਂ ਇਹ ਬਣ ਜਾਏਗੀ ਟੌਪ ਡਾਊਨ ਅਪਰੋਚ। ਠੀਕ ਹੈ, ਮੀਨਸ ਉੱਪਰ ਤੋਂ ਹੇਠਲੇ ਪਾਸੇ ਨੂੰ ਆਉਣਾ ਸ਼ੁਰੂ ਕਰ ਦੋਗੇ। ਠੀਕ ਹੈ, ਤਾਂ ਇਹ ਦੋ ਕੁਐਸਚਨ ਆ ਜੀ ਬਹੁਤ ਇੰਪੋਰਟੈਂਟ ਹੈ, ਇੱਕ ਵਾਰੀ ਬਣ ਜਾਂਦੇ ਆ ਇਸ ਤਰੀਕੇ ਨਾਲ। ਜਾਂ ਤਾਂ ਸਾਨੂੰ ਕੁਐਸਚਨ ਚ ਆਹ ਚੀਜ਼ ਪਈ ਹੁੰਦੀ ਹੈ, ਸਾਨੂੰ ਆਹ ਪੁੱਛ ਲੈਂਦੇ ਆ, ਜਾਂ ਕੀ ਹੁੰਦਾ ਕੁਐਸਚਨ ਹੀ ਇਹਦੇ ਉੱਪਰ ਪਾਇਆ ਪਿਆ ਹੁੰਦਾ, ਕਹਿਣਗੇ ਵੀ ਇਹਨੂੰ ਸੀਕੁਐਂਸ ਵਾਈਜ਼ ਕਰੋ। ਸੀਕੁਐਂਸ ਵਾਈਜ਼ ਕੀ ਬਣਾਓ? ਬੋਟਮ ਬਣਾਓ, ਜਾਂ ਇਹਨੂੰ ਕੀ ਕਰੋ ਜੀ ਟੌਪ ਡਾਊਨ ਅਪਰੋਚ ਕਰੋ। ਠੀਕ ਹੈ, ਕਲੀਅਰ ਹੋ ਗਿਆ ਨਾ? ਉਸ ਤੋਂ ਬਾਅਦ ਜੇ ਕੋਈ ਹੋਰ ਕੁਐਸਚਨ ਸੀਗਾ ਤਾਂ ਮੈਂ ਡਿਸਕਸ ਕਰਦਾ ਤੁਹਾਡੇ ਨਾਲ, ਮੇਰੇ ਕੋਲੇ ਜੇ ਸੈਟ ਹੋਇਆ ਜ਼ਰੂਰ। ਆਈ ਥਿੰਕ ਆਈ ਫੋਰਗਟ ਦੈਟ, ਨੋ, ਚਲੋ ਓਕੇ। ਇਹ ਟਾਈਪਸ ਦੇ ਕੁਐਸਚਨ ਤੁਹਾਡੇ ਉਸ ਸੈਟ ਦੇ ਵਿੱਚ ਲਿਖੇ ਹੋਏ ਆ। ਉਸ ਤੋਂ ਬਾਅਦ ਆਪਾਂ ਬਾਕੀ ਉਹਦੇ ਵਿੱਚ ਡਿਸਕਸ ਕਰ ਚੁੱਕੇ ਸੀ ਆਲਰੇਡੀ, ਜਿਹੜਾ ਆਪਣਾ ਸਟਾਰਟਿੰਗ ਵਾਲੇ 3-4 ਪੇਜਸ ਹੈਗੇ ਆ। ਹੁਣ ਆਪਾਂ ਇੱਕ ਕਲਾਸ ਕੀ ਕਰਨੀ ਹੈ ਕੱਲ੍ਹ ਦੀ, ਕੱਲ੍ਹ ਦੀ ਜਿਹੜੀ ਇੰਗਲਿਸ਼ ਦੀ ਕਲਾਸ ਹੋਈ ਆਪਣੀ, ਉਹਦੇ 'ਚ ਤੁਹਾਡੀ ਜਿਹੜੀ ਬੁੱਕ ਤੁਹਾਨੂੰ ਪ੍ਰੋਵਾਈਡ ਕਰਵਾਈ ਹੋਈ ਹੈ ਉਹਦੇ ਚੈਪਟਰਸ ਓਪਨ ਕਰਕੇ ਮੈਂ ਮੇਨ ਮੇਨ ਕੁਐਸਚਨਸ ਆ ਨਾ ਉਹਨਾਂ ਬਾਰੇ ਡਿਸਕਸ ਕਰੂੰਗਾ ਤੁਹਾਡੇ ਨਾਲ। ਪਿਆਜੇ ਥਿਊਰੀ ਦੇ ਮੇਨ ਕੁਐਸਚਨਸ ਦਾ ਆਪਾਂ ਡਿਸਕਸ ਕਰਦੇ ਹਾਂ, ਜਿਹਦੇ ਵਿੱਚ ਸਕੀਮਾ ਬਹੁਤ ਵਾਰੀ ਰਿਪੀਟ ਹੁੰਦਾ ਐਗਜ਼ਾਮਸ ਦੇ ਵਿੱਚ। ਸਕੀਮਾ ਕੀ ਹੈ? ਨੌਲੇਜ ਆਫ ਕੋਗਨੀਟਿਵ ਸਟਰਕਚਰ, ਠੀਕ ਹੈ, ਜਾਂ ਸਟਰਕਚਰ ਆਫ ਨੌਲੇਜ ਕਹਿ ਦਿੰਦੇ ਆ। ਦੇਖੋ ਨੌਲੇਜ ਸ਼ਬਦ ਹੈ ਜਾਂ ਇਨਫੋਰਮੇਸ਼ਨ ਸ਼ਬਦ ਹੈ, ਇਹ ਕੋਗਨੀਟਿਵ ਆ। ਸਾਡੀ ਇੱਕ ਕੋਗਨੀਟਿਵ ਅਬਿਲਿਟੀ ਹੁੰਦੀ ਹੈ, ਉਹਦਾ ਇੱਕ ਢਾਂਚਾ ਹੁੰਦਾ ਹੈ। ਕੋਗਨੀਟਿਵ ਮੀਨਸ ਜਿਹੜੀ ਚੀਜ਼ ਸਾਡੇ ਦਿਮਾਗ ਨਾਲ ਸੰਬੰਧਿਤ ਹੈ ਜੀ, ਓਕੇ। ਤੇ ਸਾਡੇ ਦਿਮਾਗ ਦੇ ਵਿੱਚ ਹੀ ਨੌਲੇਜ ਹੁੰਦੀ ਹੈ, ਤੇ ਪਿਆਜੇ ਨੇ ਉਸ ਚੀਜ਼ ਨੂੰ ਸਕੀਮਾ ਦਾ ਨਾਮ ਦਿੱਤਾ ਸੀਗਾ, ਜਾਂ ਤੁਹਾਡੇ ਕੋਲੇ ਸਕੀਮਾ ਦਾ ਨਾਮ ਲਿਖਿਆ ਪਿਆ। ਪੋਕਿਟਸ ਆਫ ਇਨਫੋਰਮੇਸ਼ਨ ਆ ਸਕਦਾ ਹੈ ਜੀ, ਪੋਕਿਟਸ ਆਫ ਇਨਫੋਰਮੇਸ਼ਨ, ਓਕੇ। ਸੈਟ ਔਰ ਪੈਟਰਨ, ਜਾਂ ਕਹਿ ਲਓ ਵੀ ਗਿਆਨ ਦੇ ਛੋਟੇ ਛੋਟੇ ਟੁਕੜੇ ਜਿਹੜੇ ਤੁਹਾਡੇ ਦਿਮਾਗ ਵਿੱਚ ਜਮ੍ਹਾਂ ਹੁੰਦੇ ਆ ਉਹਨਾਂ ਨੂੰ ਸਕੀਮਾ ਕਿਹਾ ਜਾਂਦਾ ਜੀ। ਗਿਆਨ ਦੇ ਛੋਟੇ ਛੋਟੇ ਟੁਕੜੇ ਹੁੰਦੇ ਆ, ਗਿਆਨ ਦਾ ਭੰਡਾਰ ਹੁੰਦਾ ਜੀ। ਠੀਕ ਹੈ, ਆਪਣੇ ਕੋਲੇ ਸਕੀਮਾ ਵੈਸੇ ਬਹੁਤ ਹੁੰਦੀਆਂ, ਬੰਦਾ ਇੱਕ ਪੁੱਛੇ ਆਪਾਂ 4 ਦੱਸਦੇ ਹਾਂ। ਠੀਕ ਹੈ, ਤੇ ਪਿਆਜੀ ਨੇ ਪਹਿਲਾਂ ਹੀ ਦੱਸਤਾ, ਉਹਨੂੰ ਪਤਾ ਸੀ ਵੀ ਪੀਟਰ ਚ ਪੰਜਾਬ ਵਾਲੇ ਗਾਹ ਪਾਉਣਗੇ ਮੇਰਾ। ਤੇ ਇਹ ਸਕੀਮਾ ਕੀ ਹੈ ਜੀ? ਤੁਹਾਡੇ ਗਿਆਨ ਦੀ ਸੰਰਚਨਾ, ਠੀਕ ਹੈ, ਪੰਜਾਬੀ ਚ ਬਣ ਸਕਦਾ ਹੈ ਗਿਆਨ ਦੀ ਸੰਰਚਨਾ, ਓਕੇ। ਇੰਗਲਿਸ਼ ਚ ਬਣ ਸਕਦਾ ਨੌਲੇਜ ਆਫ ਕੋਗਨੀਟਿਵ ਸਟਰਕਚਰ, ਬਾਕੀ ਜਿਹੜੇ ਵਰਡਿੰਗ ਦੇ ਅਕੋਰਡਿੰਗ ਆਨਸਰ ਬਣਨਗੇ। ਪੋਕਟਸ ਆਫ ਇਨਫੋਰਮੇਸ਼ਨ ਪੁੱਛਿਆ ਜਾ ਸਕਦਾ, ਤਾਂ ਸੈਟ ਔਰ ਪੈਟਰਨ ਆਫ ਨੌਲੇਜ ਪੁੱਛਿਆ ਜਾ ਸਕਦਾ, ਸਾਰਾ ਸਕੀਮਾ ਹੀ ਹੁੰਦਾ। ਕਲੀਅਰ ਹੈ? ਸਕੀਮਾ ਦਾ ਕੁਐਸਚਨ ਕਈ ਵਾਰੀ ਇੰਟਲੈਕਚੁਅਲ ਅਬਿਲਿਟੀ ਪਈ ਹੁੰਦੀ ਹੈ ਜੀ, ਇੰਟਲੈਕਚੁਅਲ, ਠੀਕ ਹੈ। ਜਦੋਂ ਇੰਟਲੈਕਚੁਅਲ ਆ ਗਿਆ ਸਮਝ ਲਓ ਬੌਧਿਕ ਅਵਸਥਾ ਹੀ ਹੁੰਦੀ ਹੈ, ਤੇ ਉਹ ਬੌਧਿਕ ਅਵਸਥਾ ਰਿਲੇਟਡ ਰਿਲੇਟ ਕਾਹਦੇ ਨਾਲ ਕਰੂਗੀ? ਸਕੀਮਾ ਨਾਲ ਕਰੂਗੀ ਜੀ, ਇਹਨੂੰ ਸਕੀਮਾ ਕਹਿੰਦੇ ਆ। ਆ ਜਿਹੜੇ 4-5 ਵਰਡ ਦੱਸੇ ਨਾ ਤੁਹਾਨੂੰ, ਇਹੀ ਸਕੀਮਾ ਦਾ ਆਂਸਰ ਦੇਣਗੇ ਤੁਹਾਨੂੰ, ਇਹਨਾਂ ਨੂੰ ਮਾਇੰਡ 'ਚ ਰੱਖ ਲਿਓ। ਫਿਰ ਉਸ ਤੋਂ ਬਾਅਦ ਜੈਨੇਟਿਕ ਐਪਿਸਟੇਮੋਲੋਜੀ ਦਾ ਪਿਤਾਮਾ ਮੰਨਿਆ ਜਾਂਦਾ ਜੀ, ਜੈਨੇਟਿਕ ਸਟੱਡੀ ਕੀਤੀ ਹੈ, ਗਿਆਨ ਦੀ ਸਟੱਡੀ ਇਹਨੇ ਸਾਰੀ ਕੀਤੀ ਹੈ। ਕਿਉਂਕਿ ਆਪਾਂ ਨੂੰ ਪਤਾ ਵੀ ਜਿਹੜੀ ਇਹਦੀ ਫਸਟ ਸਟੇਜ ਆ 0 ਤੋਂ 2 ਚੱਲਦੀ ਹੈ, 2 ਤੋਂ 7 ਚੱਲਦੀ ਹੈ, 7 ਤੋਂ 11 ਚੱਲਦੀ ਹੈ, 11 ਤੋਂ 15, ਇਹਦਾ ਟਾਈਮ ਪੀਰੀਅਡ ਜ਼ਰੂਰ ਪੜ੍ਹਨਾ ਹੈ ਤੁਸੀਂ। ਪਹਿਲੀ ਸਟੇਜ ਕੀ ਹੋਊਗੀ? ਸੈਂਸਰੀ ਮੋਟਰ ਸਟੇਜ ਆ, ਫਿਰ ਉਸ ਤੋਂ ਬਾਅਦ ਕੀ ਆ? ਪ੍ਰੀ ਆਪਰੇਸ਼ਨ ਸਟੇਜ ਆ, ਫਿਰ ਉਸ ਤੋਂ ਬਾਅਦ ਕੀ ਆ? ਨੈਕਸਟ ਕੰਕਰੀਟ ਆਪਰੇਸ਼ਨ ਤੇ ਫਾਰਮਲ। ਮੈਂ ਥੋੜ੍ਹਾ ਜਿਹਾ ਦੱਸ ਦਿੰਦਾ ਤੁਹਾਨੂੰ ਇਹਦੇ ਬਾਰੇ, ਸੈਂਸਰੀ, ਪ੍ਰੀ ਆਪਰੇਸ਼ਨਲ, ਕੰਕਰੀਟ ਆਪਰੇਸ਼ਨਲ, ਫਾਰਮਲ ਆਪਰੇਸ਼ਨਲ, ਓਕੇ। ਹੁਣ ਇਹਨਾਂ ਸਟੇਜਾਂ ਚੋਂ ਕੁਐਸਚਨ ਕਿੱਥੇ ਕਿੱਥੇ ਕਿਹੜਾ ਕਿਹੜਾ ਕੁਐਸਚਨ ਬਣਦਾ, ਮੈਂ ਤੁਹਾਨੂੰ ਡਾਇਰੈਕਟ ਲੈ ਕੇ ਚੱਲਦਾ ਜੀ ਉਹਦੇ ਵਿੱਚ। ਹਾਂਜੀ, 12, ਦੇਖੋ ਕਈ ਜਗ੍ਹਾ ਕਹਿੰਦੇ ਨਾ 12 ਤੋਂ 15 ਵੀ ਲਿਖਿਆ ਪਿਆ, ਬਸ ਮੇਨ ਮੈਕਸੀਮਮ 15 ਜੀ, 18 ਤੱਕ ਤਾਂ ਲੈ ਕੇ ਨਹੀਂ ਗਿਆ। ਇਹ ਕਹਿੰਦਾ ਬੱਚਾ ਬਸ ਜਦੋਂ 15 ਸਾਲ ਦਾ ਹੋ ਗਿਆ ਸਮਝ ਲਓ ਸਿਆਣਾ ਹੋ ਜਾਂਦਾ, ਉਦੋਂ ਤੁਹਾਡੇ ਹੱਥਾਂ 'ਚ ਨਿਕਲ ਜੂਗਾ ਬਸ। ਠੀਕ ਆ, ਹੁਣ ਮੇਨ ਕੁਐਸਚਨ ਕੀ ਆ? ਇਹਦੇ ਵਿੱਚ ਕੁਐਸਚਨ ਸਭ ਤੋਂ ਇੰਪੋਰਟੈਂਟ ਬਣਦਾ ਜੀ, ਓਬਜੈਕਟ ਪਰਮਾਨੈਂਸ, ਜਿਹਨੂੰ ਅਸੀਂ ਵਸਤੂ ਸਥਾਈ ਪੁਣਾ ਬੋਲਦੇ ਹਾਂ ਜੀ।
ਤੇ ਵਸਤੂ ਸਾਹਿਬ ਉਹਨਾਂ ਦਾ ਮੀਨਿੰਗ ਕੀ ਹੁੰਦਾ ਜੀ? ਬੱਚਾ ਆਪਣੇ ਸਾਹਮਣੇ ਜਾਂ ਆਪਣੇ ਕੋਲੇ ਲੁਕੀਆਂ ਛਿਪੀਆਂ ਚੀਜ਼ਾਂ ਨੂੰ ਲੱਭਣ ਦੀ ਕੋਸ਼ਿਸ਼ ਕਰਦਾ ਹੈ, ਉਹ ਓਬਜੈਕਟ ਪਰਮਾਨੈਂਸ ਹੁੰਦਾ ਹੈ। ਠੀਕ ਹੈ, ਟੂ ਫਾਇੰਡ ਹਿਡਨ ਓਬਜੈਕਟਸ। ਜਦੋਂ ਬੱਚਾ ਹਿਡਨ ਓਬਜੈਕਟਸ ਲੱਭਦਾ ਨਾ ਜੀ, ਤੇ ਉਹਦੇ ਵਿੱਚ ਇੱਕ ਵਸਤੂ ਆ ਸਾਈ ਤੌਰ ਤੇ ਉਹਦੇ ਮਾਇੰਡ ਚ ਜਮ੍ਹਾਂ ਹੋ ਜਾਂਦੀ ਹੈ ਜੀ, ਉਹਨੂੰ ਓਬਜੈਕਟ ਪਰਮਾਨੈਂਸ ਕਹਿੰਦੇ ਆ। ਕੁਐਸਚਨ ਕੀ ਬਣ ਸਕਦਾ, ਜੀਨ ਪਿਆਜੇ ਦੀ ਕਿਹੜੀ ਸਟੇਜ ਦੇ ਵਿੱਚ ਓਬਜੈਕਟ ਪਰਮਾਨੈਂਸ ਆਉਂਦਾ ਜੀ? ਤਾਂ ਸੈਂਸਰੀ ਮੋਟਰ ਸਟੇਜ। ਕਿਹੜੀ ਸਟੇਜ ਚ? ਪਹਿਲੀ ਸਟੇਜ ਚ ਇੱਕ ਇਹ ਚੀਜ਼ ਹੋਗੀ, ਫਿਰ ਓਬਜੈਕਟ ਪਰਮਾਨੈਂਸ 6 ਤੋਂ ਲੈ ਕੇ 8 ਮਹੀਨੇ ਦੇ ਬੱਚੇ ਦੇ ਵਿੱਚ ਪੈਦਾ ਹੁੰਦਾ ਜੀ। ਜਿਹੜਾ ਬੱਚਾ 6 ਤੋਂ ਲੈ ਕੇ 8 ਮਹੀਨੇ ਦੀ ਅਵਸਥਾ ਚ ਹੋਊਗਾ ਨਾ, ਉਹਦੇ ਚ ਓਬਜੈਕਟ ਪਰਮਾਨੈਂਸ ਆਊਗਾ। ਕਿਉਂਕਿ ਜਦੋਂ ਬੱਚਾ ਹੈ ਹੀ 2 ਮਹੀਨੇ ਦਾ, ਉਹਨੂੰ ਸਾਹਮਣੇ ਚੀਜ਼ਾਂ ਦਿਖਾਓ, ਲਕੋਲੋ, ਉਹਨੂੰ ਕੋਈ ਫਰਕ ਨਹੀਂ ਪੈਣਾ ਜੀ, ਜਿੰਨਾ ਕੁਛ ਮਰਜ਼ੀ ਕਰੀ ਚੱਲੋ। ਤੇ ਜਦੋਂ ਬੱਚਾ 6 ਤੋਂ 8 ਮਹੀਨੇ ਦੀ ਅਵਸਥਾ ਚ ਆ ਗਿਆ ਨਾ, ਤਾਂ ਜਿਹੜੀ ਚੀਜ਼ ਦਿਖਾਓਗੇ ਨਾ, ਉਹਦੀ ਪਿਕਚਰ ਉਹਦੇ ਦਿਮਾਗ ਚ ਬਣ ਜਾਂਦੀ ਹੈ, ਉਹਨੂੰ ਵਸਤੂ ਸਾਈ ਬਣਾ ਕਹਿੰਦੇ। ਦੈਨ ਨੋ ਲੈਂਗੁਏਜ, ਇਸ ਸਟੇਜ ਦੇ ਵਿੱਚ ਬੱਚੇ ਕੋਲੇ ਕੋਈ ਭਾਸ਼ਾ ਨਹੀਂ ਹੁੰਦੀ, ਪਰ ਉਹ ਸੈਮੀ ਵਰਬਲ ਜ਼ਰੂਰ ਹੁੰਦਾ ਜੀ। ਸੈਮੀ ਵਰਬਲ ਦਾ ਮਤਲਬ ਹੁੰਦਾ ਅਰਧ ਭਾਸ਼ਾ ਹੀ, ਅੱਧੀ ਭਾਸ਼ਾ ਹੁੰਦੀ ਹੈ, ਪੂਰੀ ਭਾਸ਼ਾ ਨਹੀਂ ਹੁੰਦੀ ਉਹਦੇ ਕੋਲੇ। ਓਕੇ, ਮੇਨ ਇਹ ਚੀਜ਼ ਹੋ ਗਈ। ਫਿਰ ਜਿਹੜਾ ਪ੍ਰੀ ਆਪਰੇਸ਼ਨਲ ਆ ਨਾ, ਇਹਦੇ ਤੇ ਕੁਐਸਚਨ ਬਣਦੇ ਆ। ਇਨ ਲੌਜੀਕਲ ਥਿੰਕਿੰਗ ਇਹਦਾ ਮੋਸਟ ਇੰਪੋਰਟੈਂਟ ਆ ਜੀ, ਜਿਹਨੂੰ ਅਸੀਂ ਇਹ ਕਹਿ ਦਿੰਦੇ ਹਾਂ ਕਿ ਅਰਧ ਤਰਕਪੂਰਨ ਸੋਚ। ਤੁਹਾਡੇ ਕੋਲੇ ਨੋਟਸ ਆ ਜੀ, ਨੋਟਸ ਦੇ ਵਿੱਚ ਮੈਂ ਸਾਰੇ ਵਰਡ ਲਿਖੇ ਹੋਏ ਆ, ਮੈਂ ਤੁਹਾਨੂੰ ਉਹਨਾਂ ਦਾ ਸੀ ਮੇਨ ਮੀਨਿੰਗ ਕਲੀਅਰ ਕਰ ਦਿੰਦਾ। ਇਹ ਕੁਐਸਚਨ ਦੇ ਵਿੱਚ ਐਂ ਹੀ ਪਏ ਹੁੰਦੇ ਕਈ ਰਿਵਰਡਸ। ਓਕੇ, ਅਰਧ ਤਰਕਪੂਰਨ ਸੋਚ ਕਿੱਥੇ ਪੈਦਾ ਹੁੰਦੀ ਹੈ? ਦੂਸਰੀ ਸਟੇਜ ਦੇ ਵਿੱਚ। ਐਨੀਮਿਜ਼ਮ ਹੁੰਦਾ ਜੀ ਇਹਦੇ ਵਿੱਚ ਪੈਦਾ, ਐਨੀਮਿਜ਼ਮ ਦੈਟ ਇਜ਼ ਨੋਨ ਐਜ਼ ਮੇਕ ਆ ਬਲੀਵ, ਉਹਨੂੰ ਮੇਕ ਆ ਬਲੀਵ ਕਿਹਾ ਜਾਂਦਾ ਹੈ। ਤੇ ਮੇਕ ਆ ਬਲੀਵ ਦਾ ਮਤਲਬ ਕੀ ਹੁੰਦਾ ਹੈ, ਜਾਂ ਐਨੀਮਿਜ਼ਮ ਦਾ ਮਤਲਬ ਹੁੰਦਾ ਜੀਵਾਤਮਾ। ਤੁਸੀਂ ਦੇਖਿਆ ਹੋਣਾ ਘਰੇ ਬੱਚਾ ਖੇਡ ਰਿਹਾ, ਕਿਸੇ ਚੀਜ਼ ਦੇ ਨਾਲ ਲੱਗ ਕੇ ਡਿੱਗ ਪਿਆ, ਰੋਣ ਲੱਗ ਪਿਆ, ਤਾਂ ਤੁਸੀਂ ਉਸੇ ਚੀਜ਼ ਨੂੰ ਕੁੱਟਣਾ ਸ਼ੁਰੂ ਕਰ ਦਿੰਦੇ ਹੋ, ਹਨਾ? ਤਾਂ ਬੱਚੇ ਨੂੰ ਇਹ ਲੱਗਦਾ ਵੀ ਉਹਦੇ ਵਿੱਚ ਜਾਨ ਆ ਜੀ ਉਸ ਚੀਜ਼ ਦੇ ਵਿੱਚ। ਠੀਕ ਹੈ, ਉਹਨੂੰ ਐਨੀਮਿਜ਼ਮ ਦਾ ਨਾਮ ਦਿੱਤਾ ਜਾਂਦਾ ਹੈ। ਤੇ ਐਨੀਮਿਜ਼ਮ ਜੀਨ ਪਿਆਜੇ ਦੇ ਅਕੋਰਡਿੰਗ ਪ੍ਰੀ ਆਪਰੇਸ਼ਨ ਦਾ ਹਿੱਸਾ ਜੀ, ਇਹਨੂੰ ਐਨੀਮਿਜ਼ਮ ਕਹਿੰਦੇ ਆ। ਓਕੇ, ਜਿਹੜੀ ਚੀਜ਼ ਨਾ ਪਤਾ ਲੱਗਦੀ ਹੋਈ ਮੈਨੂੰ ਥੱਲੇ ਦੱਸੀ ਚੱਲਿਓ, ਠੀਕ ਹੈ, ਫਿਰ ਮੈਂ ਤੁਹਾਨੂੰ ਕਲੀਅਰ ਕਰਾਉਂਦਾ ਜਾਊਂਗਾ ਜਾਂ ਰਿਪੀਟ ਕਰ ਦਾਂਗੇ ਲਾਸਟ ਦੇ ਵਿੱਚ। ਇੱਕ ਇਰਿਵਰਸਿਬਿਲਟੀ ਹੁੰਦਾ ਜੀ, ਇਰਿਵਰਸਿਬਿਲਟੀ ਨੂੰ ਪੰਜਾਬੀ ਚ ਕਹਿੰਦੇ ਆ ਨਾ ਮੁੜਨ ਦੀ ਯੋਗਤਾ। ਬੱਚੇ ਦੇ ਵਿੱਚ ਨਾ ਪਲਟ ਕੇ ਚੀਜ਼ਾਂ ਨੂੰ ਦੱਸ ਨਹੀਂ ਸਕਦਾ, ਠੀਕ ਹੈ, ਉਹਨੂੰ ਕਹੋ ਏ ਤੋਂ ਲੈ ਕੇ ਬੀ ਤੱਕ ਇੰਨਾ ਡਿਸਟੈਂਸ ਆ, ਬੀ ਤੋਂ ਲੈ ਕੇ ਏ ਤੱਕ ਦੱਸੋ, ਬੱਚਾ ਨਹੀਂ ਦੱਸ ਸਕਦਾ ਮਤਲਬ। ਪਰ ਅੱਜ ਕੱਲ੍ਹ ਦੇ ਬਹੁਤ ਤੇਜ਼, ਅੱਜ ਕੱਲ੍ਹ ਦੇ ਦੱਸ ਦਿੰਦੇ ਆ ਜੀ, ਠੀਕ ਹੈ, ਤੁਹਾਨੂੰ ਵੀ ਪਤਾ ਹੋਊਗਾ। ਤਾਂ ਇੱਥੇ ਆਪਾਂ ਜੀਨ ਪੈਜ ਦੀ ਥਿਊਰੀ ਗਲਤ ਨਹੀਂ ਕਰ ਸਕਦੇ, ਕਿਉਂਕਿ ਕਈ ਚੀਜ਼ਾਂ ਸੇਮ ਹੁੰਦੀਆਂ ਇੱਦਾਂ ਦੀਆਂ। ਇਰਿਵਰਸਿਬਿਲਟੀ ਕਹਿੰਦੇ ਆ ਜੀ ਇਹਨੂੰ। ਇਰਿਵਰਸਿਬਿਲਟੀ ਮੀਨਸ ਜੇ ਬੱਚਾ ਦੱਸ ਸਕਦਾ। ਇਨਲੋਜੀਕਲ ਥਿੰਕਿੰਗ, ਐਨੀਮਿਜ਼ਮ, ਇੱਕ ਈਗੋਸੈਂਟ੍ਰਿਕ ਬਹੁਤ ਇੰਪੋਰਟੈਂਟ ਹੈ ਜੀ। ਈਗੋਸੈਂਟ੍ਰਿਕ ਕੀ ਹੈ? ਵੀ ਬੱਚੇ ਨੂੰ ਲੱਗਦਾ ਹੈ ਕਿ ਜਿਹੜਾ ਸਾਰਾ ਐਨਵਾਇਰਮੈਂਟ ਆ ਨਾ, ਸਿਰਫ ਉਹਦੇ ਲਈ ਹੈ ਜੀ, ਉਹ ਜਿਵੇਂ ਚਾਹੇ ਉਵੇਂ ਹੀ ਕਰ ਸਕਦਾ ਸਾਰੀ ਚੀਜ਼। ਉਹਨੂੰ ਈਗੋ ਆਉਂਦੀ ਬੱਚੇ ਦੇ ਵਿੱਚ ਇੱਕ ਆਪਣੀ, ਠੀਕ ਹੈ, ਆਪਣੇ ਆਪਣੇ ਖੁਦ ਦੇ ਲਈ ਆਉਂਦੀ ਹੈ। ਉਹ ਕਿੱਥੇ ਪੈਦਾ ਹੁੰਦੀ ਹੈ? ਦੈਟ ਅਗਰ ਜ਼ਿੰਦਾ ਪ੍ਰੀ ਆਪਰੇਸ਼ਨਲ ਸਟੇਜ, ਤਾਂ ਉਹ ਦੂਸਰੀ ਸਟੇਜ ਦੇ ਵਿੱਚ ਪੈਦਾ ਹੁੰਦੀ ਹੈ ਜਾ ਕੇ, ਠੀਕ ਹੈ। ਇਹ ਮੇਨ ਪੋਰਸ਼ਨ ਦੱਸਿਆ ਤੁਹਾਨੂੰ, ਇਨਲੋਜੀਕਲ ਹੋ ਗਿਆ, ਇਰਿਵਰਸਿਬਿਲਟੀ ਹੋ ਗਿਆ, ਜਾਂ ਈਗੋਸੈਂਟ੍ਰਿਕ ਹੋ ਗਿਆ, ਇਹ ਸਾਰੀਆਂ ਚੀਜ਼ਾਂ ਮੇਨ ਹੈ। ਓਕੇ, ਫਿਰ ਜੇ ਅਸੀਂ ਅਗਲੀ ਗੱਲ ਕਰੀਏ, ਕਲਾਸ ਤੋਂ ਬਾਅਦ ਦੱਸਦਾ ਜੀ ਤੁਹਾਨੂੰ ਆਨਸਰ। ਹਾਂਜੀ, ਈਗੋ ਸੈਂਟ੍ਰਿਕ ਯਾਦ ਕਰ ਲਓ ਜੀ, ਸੈਂਟ੍ਰੇਸ਼ਨ ਸ਼ਬਦ ਵੀ ਇਹਦੇ ਵਿੱਚ ਹੀ ਪਿਆ ਹੋਇਆ, ਠੀਕ ਹੈ। ਈਗੋ ਸੈਂਟ੍ਰਿਕ ਕੀ ਹੁੰਦਾ ਕਿ ਬੱਚੇ ਨੂੰ ਲੱਗਦਾ ਕਿ ਸਾਰਾ ਵਾਤਾਵਰਨ ਸਿਰਫ ਉਹਦੇ ਲਈ ਹੈ, ਉਹਦੇ ਲਈ ਹੀ ਬਣਿਆ, ਉਹ ਆਪਣੇ ਖਿਡੌਣਿਆਂ ਦੇ ਵਿੱਚ ਬੈਠਾ ਖੇਡਦਾ ਰਹਿੰਦਾ, ਕਿਸੇ ਦੀ ਕੋਈ ਪਰਵਾਹ ਨਹੀਂ ਹੁੰਦੀ, ਆਪਣੇ ਨਾਲ ਹੀ ਗੱਲਾਂ ਬਾਤਾਂ ਕਰਦਾ। ਦੱਸਦੇ ਆਪਦੀ ਨੋਟਬੁੱਕ ਦੇ ਵਿੱਚ ਅੰਡਰਲਾਈਨ ਕਰ ਲਿਓ, ਇਹ ਤੁਹਾਨੂੰ ਆਂਸਰ ਮਿਲ ਸਕਦੇ ਇਹਨਾਂ ਚੀਜ਼ਾਂ ਦੇ, ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਜਿਹੜੀ ਥਰਡ ਸਟੇਜ ਹੈ ਉਹਨੂੰ ਬੋਲਦੀ ਹੈ ਜੀ ਕੰਕਰੀਟ ਆਪਰੇਸ਼ਨਲ। ਕੰਕਰੀਟ ਆਪਰੇਸ਼ਨ ਸਟੇਜ ਹੈ ਜਿਹੜੀ, ਉਹਦੇ ਵਿੱਚ ਦੇਖੋ ਜਿਹੜੀਆਂ ਵੀ ਚੀਜ਼ਾਂ ਬੱਚੇ ਕੋਲੋਂ ਨਹੀਂ ਹੁੰਦੀਆਂ ਉਹ ਸਾਰੀਆਂ ਵਾਪਰਨਗੀਆਂ ਦੂਜੀ ਸਟੇਜ ਚ। ਤੀਸਰੀ ਸਟੇਜ ਦੇ ਵਿੱਚ ਬੱਚੇ ਕੋਲੇ ਲੌਜੀਕਲ ਥਿੰਕਿੰਗ ਆ ਜਾਂਦੀ ਹੈ, ਤੇ ਲੌਜੀਕਲ ਥਿੰਕਿੰਗ ਨੂੰ ਇਹ ਕਹਿੰਦੇ ਆ ਜਦੋਂ ਬੱਚੇ ਦੀ ਸੋਚ ਆ ਜਿਹੜੀ ਤਰਕਪੂਰਨ,
एक बच्चा जीन प्याजे के सिद्धांत विच तर्कपूर्ण सोच का मालिक बन जाता है, तर्कपूर्ण सोच आ जाती है तो कंक्रीट ऑपरेशन होता है जी। ठीक है, तर्कपूर्ण सोच होगी फिर उस तो बाद बच्चे दे विच कलर डिवेलपमेंट हो जाती है जी, रंगा बारे पहचान हो जाती है। ठीक है, तो चीजें ड्रॉ करना सीख जाता है, रंगा बारे पहचान इन्हें विच होती है। जी फोर्थ है, सब तो इंपॉर्टेंट है जी, उसके विच एब्सट्रैक्ट, एब्सट्रैक्ट जां तां रीजनिंग लिखा होएगा, ठीक है जी, जां एब्सट्रैक्ट दे नाल थिंकिंग शब्द होएगा, गल एको ही है। ठीक है, अमूर्त चिंतन राही तर्क करना, किदे राही अमूर्त, क्योंकि बच्चे दे विच एक अमूर्त चिंतन पैदा होंदा है, उदे राही बच्चा अपने तर्क दिंदा जी, अपने लॉजिक दिंदा। जदों अमूर्त चिंतन नाल तर्क करने की सोच पैदा होगी तो चौथी स्टेज दे विच पैदा होनी है जी, फोर्थ स्टेज दे विच पैदा होगी। ठीक है, जिन्हों फॉर्मल सब तो इंपॉर्टेंट है जी, तो एब्सट्रैक्ट रीजनिंग दे नाल जदों लॉजिकल शब्द जुड़ के आ गया, एब्सट्रैक्ट रीजनिंग प्लस लॉजिकल थिंकिंग इकट्ठे हो गए तो आंसर फिर फोर्थ स्टेज ही बनूगी, थर्ड नहीं बननी जी। ठीक है, जे कल्ला लॉजिकल थिंकिंग पूछते हैं फिर तुसी आंसर दोगे थर्ड स्टेज का, जे तुहानू ये पूछा जाता लॉजिकल तर्कपूर्ण सोच और अमूर्त चिंतन कित्थे जाके पैदा होंगे तो वह फॉर्मल स्टेज के विच होंगे, उन्होंने फॉर्मल स्टेज का नाम दिता जाता जी। ओके, क्लीयर हो गया। फिर उस तो बाद प्रॉब्लम सॉल्वर, बच्चा इतने प्रॉब्लम सॉल्वर हो जाता है जीन पैजे कहता, जो बच्चा चौथी स्टेज पहुंचता ना वो इन्ना सियाणा हो जाता कि तुम हाथ नहीं लाने दिता किसी चीज़ को। ठीक है, तो लाओ भी ना तुसी। फिर की है, एक चीज होर है हाइपोथेसिस, हाइपोथेसिस का मतलब होंगे परिकल्पना करना, बच्चा परिकल्पना करनी शुरू कर दिता जी, मैं ये वर्गा बन जा जा इदा हो जाए जा उदा हो जाए, अपने बारे सोचनी सोच है जी डिवेलप होने लग पैंदी है। परिकल्पना संबंधी सिद्धांत, अमूर्त चिंतन संबंधी सिद्धांत, समस्या हल करने की योग्यता कितने पैदा होंगी है जी, फॉर्मल ऑपरेशन के पूरी होंगी है। ठीक है, ये सारी चीजें बिल्कुल टू द पॉइंट दसियां, इन्हें जो रिपीट भी होंगे एग्जाम के बहुत बारी। ठीक है, लास्ट ईयर जो एग्जाम बन गया सी उन्होंने आ चार स्टेजा क्वेश्चन ऑप्शन च पाइया सी, ते आ सॉरी आ सारी क्वेश्चन दे विच पाइया सी, प्याजे हो गया नाल दो तीन बंदे होर जोड़ते सी, तुहानू उन्होंने स्टेजा दे नाम पुछ लिया सी इस तरीके दे नाल। ओके, इतो क्लीयर है, फिर एक अद्धी चीज होर दसदा इहदे बारे, दसो सारे वर्ड तुहाडे कोल ना लिखे पए उत्थे नोट्स दे विच लिखे पए है। प्री ऑपरेशन स्टेज के दो पोर्शन बन जाएंगे, ठीक है, एक तो प्री कंसैप्चुअल ते इन्यूडिटिव फेज, एक नूं कहिंदे आ पूर्व तत्थ ते एक नूं कहिंदे आ अंतर्मुखी सोच। ये दोनों चीजा जिहड़ियां पैदा होंदियां ये जाके पैदा होंदियां जी बच्चे दियां प्री ऑपरेशन स्टेज दे विच, जां प्री ऑपरेशन दा तुहानूं ये टाइम पीरियड पुछिया जा सकदा। ठीक है, दो तो प्री ऑपरेशन, प्री कंसैप्चुअल ते इन्यूडिटिव फेस, वी केड़ी स्टेज दे दो हिस्से बनते हैं वो प्री ऑपरेशनल दे बनते हैं। ओके, ते एक दो चीजा जिहड़ियां हां जी क्लीयर है जी, क्लीयर है जी, चलो शुक्र है क्लीयर है, तुहाडा पेपर भी क्लीयर हो जाए जल्दी जल्दी। हुण देखो इधर एक चीज की होर गल करदे, इहनूं ए परसन साइकोलॉजिस्ट बायोलॉजिस्ट एंड फिलोसफर रहा है जी। ओके, इज नोन एज द स्विस साइकोलॉजिस्ट, इहनूं स्विस साइकोलॉजिस्ट कहा जाता है क्योंकि स्विट्जरलैंड का निवासी सीगा बंदा, ते इहदे सिद्धांत की जिहड़ी आलोचना की गई जी रोम ब्रूनर द्वारा की गई है, उन्हें भी मोड्स ऑफ थिंकिंग, क्योंकि इन्हें भी माइंड नाल रिलेटेड चीजा की गल की। ठीक है, एक नूं माइंड दे विच इन्हें कॉग्नेटिव स्ट्रक्चर की गल की सी, जिहड़ा कॉग्नेटिव स्ट्रक्चर है उहदे विच इन्हें स्कीमां की गल की है जिहड़ा मैं तुहानूं स्टार्टिंग के उपर दस्सिया होया। फिर जिहड़ा उस तों बाद माइंड का सैकंड पोर्शन है ਉਹਨੂੰ ਇਹਨੇ ਨਾਮ ਦਿੱਤਾ ਸੀਗਾ ਜੀ ਕੋਗਨੇਟਿਵ ਫੰਕਸ਼ਨ। ਠੀਕ ਹੈ, ਜਿਹਦੇ ਵਿੱਚ ਅਸਿਮੀਲੇਸ਼ਨ, ਓਕੇ, ਅਕੋਮੋਡੇਸ਼ਨ, ਇਕੁਲਿਬ੍ਰੀਏਸ਼ਨ, ਆ ਤਿੰਨ ਚੀਜ਼ਾਂ। ਸਕੀਮਾ ਤੁਹਾਨੂੰ ਪਤਾ ਲੱਗ ਗਿਆ ਵੀ ਸਕੀਮਾ ਕੀ ਆ, ਸਕੀਮਾ ਉਹੀ ਆ ਨਾ ਸਾਡੇ ਦਿਮਾਗ ਦੀ ਜਾਣਕਾਰੀ ਹੁੰਦੀ ਹੈ ਜੀ। ਠੀਕ ਆ ਜੀ ਰੁਪਿੰਦਰ। ओके, स्कीमा साडे दिमाग की जानकारी है, कितने भी तुहानू नॉलेज शब्द मिलता है जां तुहानू इनफॉर्मेशन शब्द मिलता है,
ठीक है, जां तुहानू इंटलैक्चुअल शब्द मिलता है तां समझ लिओ स्कीमा होगा जी। क्वेश्चन नूं पढ़ के पता लग जूगा जी सानू स्कीमा की है, साडी जानकारी नॉलेज दे उपर अटैक करनगे इस तरीके नूं क्वेश्चन पुछणगे। स्कीमा सिमुलेशन च की हुंदा, अकोमोडेशन च की हुंदा, इक्विलिब्रेशन च की हुंदा जी, थोड़ा जिहा फास्ट चल रहे हैं ठीक है, फिर भी दस दिओ। असिमिलेशन की है, सिंपल क्वेश्चन है, इनू प्री एग्जिस्टिंग स्कीमा कहते हैं, प्री एग्जिस्टिंग स्कीमा। तो जो प्री एग्जिस्टिंग स्कीमा होता मीनस तुहानू किसी चीज बारे पहले ही जानकारी हैगी है, ठीक है, तुहानू जिस चीज बारे पहले ही जानकारी हैगी है उन्दे विच तुसी आपकी नवी जानकारी ऐड कर ली जी, जो तुम उस नवी जानकारी ऐड कर ली दैट इज असिमिलेशन। बस आ वर्ड देखना इंग्लिश ऑप्शन से कितने पिया ऐड, ठीक है, जो तुम अपनी पुरान जान पुरानी जानकारी दे विच नवी जानकारी जोड़ते हो तो उन्होंने असि असिमिलेशन का नाम दिने जी, ठीक है। जे तुम अकोमोडेशन का पूछेगा तो उही आंसर किवें बनेगा, प्री एग्जिस्टिंग स्कीमा प्लस उत्थे मॉडिफाई शब्द मिलेगा जी, जब पंजाबी जी मिलेगा परिवर्तित जा परिवर्तन जा चेंज जा बदलना। अपनी पहला वाली जानकारी जो तुसी बदल के सीखते हो मॉडिफाई करके सीखते हो या उन सुधार के सीखते हो वह अकोमोडेशन होंगे जी, उन्होंने अकोमोडेशन कहा जाता। बस आ दो वर्ड है जेडे थोनू इन्दे विच थोनू आंसर देंगे, ठीक है, इन्दे विच ऐड आऊगा, ठीक है, तो उहदे विच मॉडिफाई बनूगा। इक्विलिब्रेशन मीनस संतुलन हो जाता है तुहाडे कोले किस चीज का, तुहानू प्री एग्जिस्टिंग स्कीमा की नॉलेज भी हो जाती है, तुहानू अकोमोडेशन की नॉलेज भी हो जाती है, तो वह एक बैलेंस बन जाता तुहाडे कोले समायोजन जो तुसी एडजस्टमेंट करनी सीख जाने, ठीक है ना। जीन पैजे कहना जो एडजस्टमेंट होने लग जाएगी स्कीमा की तो वह इक्विलिब्रेशन बन जाता है, ठीक है। एक कॉग्निटिव फंक्शन है, हम थोड़ा जहा ध्यान दो जी की चीज है कॉग्निटिव स्ट्रक्चर, स्ट्रक्चर साडा ढांचा, ढांचा साडे दिमाग दा जी, वह दिमाग फंक्शन किवें करूगा, फंक्शन मतलब काम किवें करदा जी, तो वह काम इन्हां चीजें च करदा जी। साडे कोल स्कीमा हैगा जिहड़ी साडी नॉलेज है, साडी इनफॉर्मेशन है, साडी इंटलैक्चुअल एबिलिटी है, वह साडे कोल हैगी है, पर वर्ती किवें जांदी है, वह वर्ती इन्हां चीजें च जांदी है जो असीं इस चीज़ नूं यूज करदे हां, ठीक है। ये असिमिलेशन अकोमोडेशन ते इक्विलिब्रेशन है, ज्यादा तुहानूं मतलब वह करन दी लोड़ नहीं, सिंपली तुसी इनू अंडरस्टैंड कर सकते हो वैसे। दैन वन मोर थिंग, एक चीज होर सी जीन पैजी, बायोलॉजिस्ट साइकोलॉजिस्ट फिलोसफर, मैं तुहानूं पहले दसदा नोबल प्राइज विनर है जी, इज नोन एज द स्विस साइकोलॉजिस्ट, इनू स्विस साइकोलॉजिस्ट कहा जाता है, स्विस मनोविज्ञानी है, ओके। ही इज नोन जा ही कंसीडर द चिल्ड्रन या चाइल्ड एज अ लिटल साइंटिस्ट, ये बच्चों नू छोटे मनोविज्ञानी मानता सी, ये क्वेश्चन आना था कई बार, ठीक है। केड़ा मनोविज्ञानी बच्चों नू छोटे विज्ञानी कहता सी, विज्ञानी साइंटिस्ट, लिटल साइंटिस्ट किदे द्वारा किया गया जी, पियाजे द्वारा, किनू किया गया है जी, बच्चों नू चिल्ड्रन, वो कहता सी जेडे बच्चे है ना वो अपनी समझ राही आपे सीखते हैं जी, एक कथन भी है क्वेश्चन दे विच कि किस मनोविज्ञानी ने कहा कि बच्चे अपने आप तो सीखते हैं, तो वह जीन पियाजे जां कह लो भी लिटल साइंटिस्ट किन्हां नूं किया गया, बच्चों नूं किया गया, किहदे द्वारा किया गया, पियाजे द्वारा किया गया जी, ओके। दैन जेनेटिक एपिस्टेमोलॉजी का पितामा किया जाता है, इहनूं जेनेटिक एपिस्टेमोलॉजी, जेनेटिक एपिस्टेमोलॉजी ज्ञान मीमांसा कहते हैं जी, ठीक है, ज्ञान मीमांसा का पितामा कहा जाता है, फादर ऑफ ज्ञान मीमांसा। देखो जेनेटिक का मतलब ज्ञान हो गया जी, एपिस्टेमोलॉजी मीमांसा हो गया, ठीक है, ज्ञान मीमांसा का पितामा। एंड ही इज ऑल्सो नोन एज द फादर ऑफ चाइल्ड साइकोलॉजी, चाइल्ड साइकोलॉजी का पितामा भी इसे कहते हैं जी, ओके। आई थिंक सारे टर्म्स क्लियर हो गई होनी, प्लीज दस्यो मैनू, मैं सिर्फ क्वेश्चन की गल नहीं की है, मेन क्वेश्चन के नाल ही आप इदा के क्वेश्चन जिन्हें बनते पे है धड़ा धड़ा होने चाहिए है।
या जे फिर यूट्यूब ते चढ़ जाती है फिर उत्थे धड़ाधड़ होनी चाहिए है। क्रिटिसाइज्ड इहदे आलोचकां दे विच आलोचक कौन सीगा? जीरोम ब्रूनर। ये भी क्वेश्चन जीरोम ब्रूनर का पिछली बार पूछा गया। जीरोम ब्रूनर जिन्हें थ्री मोड्स ऑफ थिंकिंग दिते सीगे जी, सोचन दे तीन वक् वक् पड़ा। ये बंदा ये ओपोजिट अगेंस्ट क्यों होया सी? क्योंकि जीन पेज ने सिर्फ अपने बच्चों के उपर भी एक्सपैरिमेंट करके सिद्धांत दिता सी, ठीक है। जिरोम ब्रूनर जीरोम ब्रूनर का जो सिद्धांत वही कॉग्निटिव मूवमेंट कहा जाता, ये सिद्धांत को कॉग्निटिव असं डिवेलपमेंट कह दें जी। पंजाबी दे विच नाम तुहाडे कोल लिखे हुए है ज्ञानात्मक बौद्धिक संगणात्मक, ठीक है जी। तो इंग्लिश दे विच कॉग्निटिव, कॉग्निटिव शब्द इदा का जिहड़ा साडे माइंड नाल रिलेटेड है जी, बस साडी बुद्धि है समझ लो एक तरह की, साडी एक योग्यता है। इहदे विच ही स्कीमा चल पैंदा, फिर स्कीमा घड़ी जांदे आपां नाल दी नाल। आलोचकां दे विच इहदा नाम आऊगा जी जीरो ब्रूनर दा, जिहने तीन मोड दित्ते सी, उह मोड तुहानूं पता ही है, इनएक्टिव, आइकॉनिक ते सिंबॉलिक, ठीक है। आही पुछ ले सीगे मैं तुहानूं, आई थिंक पहलां करवा भी चुके हैं, फिर आप रिवीजन दे विच सारी चीज डिस्कस करांगे। ओके, दैट्स ऑल अबाउट द जीन पियाजे। एनी क्वेरी तां तुसीं पुछ सकदे हो, मैसेज कर लियो, कमेंट कर लियो, जो भी है, ठीक है।